मैगी सुनते हो? जिदा पी उठे, उठ जाओ होना। की हो गया? अद्धी रात आई है ना। अद्धी रात दिन चढ़ गया? हाँ, अब दिन लग गया, बहुत छेती टाइम हो गया। चाह पियो पहला। ठंडी बड़ी कराई कर दिया। की करा फिर, मैं कड़ा आप पीती है। भाई को हंजी लग गया, की गल? खुश हुआ क्यों ना, मेरे ज्वाइनिंग का पहला दिन है आज। ਤੁਸੀਂ ਤਾਂ ਭੁੱਲ ਹੀ ਗਏ। ਓਹੋ, ਮੇਰੇ ਦਿਮਾਗ ਵਿੱਚੋਂ ਨਿਕਲ ਗਿਆ। ਕੱਲ ਤਾਂ ਮੇਰੇ ਯਾਦ ਸੀ, ਬਸ ਹੁਣ ਮੇਰਾ ਉਹ ਸੌ ਗਿਆ, ਉਹਦੇ ਕਰਕੇ ਦਿਮਾਗ ਵਿੱਚੋਂ ਨਿਕਲ ਗਿਆ। ਮੈਨੂੰ ਪਤਾ ਹੀ ਨਹੀਂ ਸੀ ਤੂੰ ਜਾਣਾ ਹੈ। ਅੱਛਾ, ਤੂੰ ਤਾਂ ਤੜਕੀ ਤਿਆਰ ਵਿਆਰ ਹੋਈ ਫਿਰਦੀ ਆ। ਤੇ ਜੇ ਯਾਦ ਹੁੰਦਾ ਫਿਰ ਕੀ ਕਰਦੇ? ਫਿਰ ਤਾਂ ਮੈਂ ਬਹੁਤ ਕੁਛ ਕਰਦਾ, ਫਿਰ ਤਾਂ ਮੈਂ ਤੇਰਾ ਮੂੰਹ ਮਿੱਠਾ ਕਰਾਉਂਦਾ ਤੜਕੀ ਉੱਠ ਕੇ। ਅੱਛਾ, ਉਸ ਤੋਂ ਬਾਅਦ ਤੈਨੂੰ ਕੋਈ ਨਾ ਕੋਈ ਗਿਫਟ ਲਿਆ ਕੇ ਆਉਂਦਾ, ਫਿਰ ਤੈਨੂੰ ਤੋਰਦਾ ਹੈ। ਹਾਂ ਚੱਲ ਕੋਈ ਗੱਲ ਨੀ, ਅੱਜ ਵੀ ਤੂੰ ਹੀ ਛੱਡ ਕੇ ਆਓਗੇ, ਪਹਿਲਾ ਦੇਣਾ ਮੇਰਾ। ਚਾ ਕੋਈ ਨਾ, ਮੈਂ ਛੱਡਿਆ, ਹੁਣ ਤਾਂ ਮੈਂ ਖੇਤ ਵੀ ਜਾਣਾ ਸੀ, ਚੱਲ ਤੈਨੂੰ ਤਾਂ ਛੱਡ ਕੇ ਆਊਂਗਾ। ਠੀਕ ਆ, ਮੈਂ ਤਿਆਰ ਹੋ ਜਾਂਦੀ ਛੇਤੀ ਛੇਤੀ, ਤੇ ਤੁਸੀਂ ਮੈਨੂੰ ਮੋਟਰਸਾਈਕਲ ਤੇ ਛੱਡ ਆਓ। ਹੋ ਜਾ ਤਿਆਰ, ਪਹਿਲਾ ਦੇਣਾ ਕਿਤੇ ਪਹਿਲੇ ਦਿਨ ਹੀ ਲੇਟ ਹੋ ਜੀ। ਨਹੀਂ ਨਹੀਂ, ਬਸ ਮੈਂ ਹੁਣ ਤੈਨੂੰ ਪਤਾ ਭਗਵੰਤ ਮਾਨ ਦੀ ਸਰਕਾਰ ਸਖਤ ਬਹੁਤ ਆ, ਉਹਦੀ ਨਾਮ ਕੱਟਣਦੀ ਆ। ਚੱਲ ਤੁਸੀਂ ਪੀਓ ਚਾਹ, ਮੈਂ ਫਟਾਫਟ ਤਿਆਰ ਹੋ ਜਾ। ਠੀਕ ਆ, ਕੋਈ ਨਾ ਪੀਲਾ ਚਾਹ ਤਾਂ ਟਿਕੇ ਹੀ ਨਾ, ਹੁਣ ਕਿਤੇ ਲੇਟ ਹੋ ਜੀ। ਮੈਨੂੰ ਕਾਲੀ ਹੈ, ਮੈਨੂੰ ਇੱਕ ਹੀ ਲੇਟ ਹੋ ਜਾਊਂਗੀ ਮੈਂ। ਚੱਲ ਕੋਈ ਨਾ, ਉਹਦਾ ਮੈਂ ਉਹੀ ਭੁੱਲ ਗਿਆ, ਗਿਫਟ ਤਾਂ ਮੈਂ ਤੈਨੂੰ ਦੇਊਂਗਾ। ਚੰਗਾ, ਗਿਫਟ ਮੇਰੇ ਯਾਦ ਆ। ਹਾਂ ਲਿਆ ਸਾ, ਮੈਂ ਵੀ ਨਹੀਂ ਕਰਦੀ, ਮੈਂ ਵੀ ਲੈ ਕੇ ਛੱਡੂੰਗੀ। ਚਲੋ ਮੈਂ ਤਿਆਰ ਹੋ ਜਾ। ਠੀਕ ਆ, ਹੋ ਜਾ ਹੋ ਜਾ। ਸੁੱਖ ਵੀ ਪਤਾ ਨਹੀਂ ਕੀ ਕਰਨ ਲੱਗ ਗਈ, ਤਿਆਰ ਹੋਈ ਹੋ ਪਤਾ ਨਹੀਂ। ਉਹ ਸੁੱਖ ਹੋ ਗਈ ਤਿਆਰ? ਹਾਂਜੀ ਹਾਂਜੀ, ਉਹ ਆ ਗਈ। ਆ ਜਾ ਡਾਕਟਰ ਨਹੀਂ, ਆ ਜਾ। ਕੀ ਹਾਲ ਆ ਜੱਸੇ? ਵਧੀਆ ਜੱਗੇ, ਤੂੰ ਦੱਸ? ਵਧੀਆ ਵਧੀਆ। ਹੋਰ ਕਰਾਈਏ ਤੇਰੀ ਕਿਸੇ ਨਾਲ ਗੱਲਬਾਤ? ਉਹ ਨਾ ਨਾ ਭਰਾਵਾ, ਆਪਾਂ ਤਾਂ ਇਹ ਜਿਹੇ ਨੜ ਤੋਂ ਦੂਰ ਰਹਿ ਰਹੇ ਹਾਂ, ਆਪਾਂ ਤਾਂ ਇਕੱਲੇ ਹੀ ਠੀਕ ਹਾਂ, ਫ੍ਰੀ ਹਾਂ ਬਿਲਕੁਲ। ਤੇਰਾ ਵਧੀਆ ਟਾਈਮ ਪਾਸ ਹੋ ਜਾਂਦਾ ਊਈ। ਉਹ ਕੁਛ ਨਹੀਂ ਹੁੰਦਾ, ਊਈ ਬਥੇਰਾ ਟਾਈਮ ਪਾਸ ਹੋ ਜਾਂਦਾ, ਐਡੀ ਗੱਡੀ ਗੱਲ ਹੁੰਦੀ ਹੈ ਯਾਰ। ਮਾਰ ਕੀ ਹੈ ਤੇਰੀਆ, ਸੁੱਖੀ ਕਿੱਧਰੋਂ ਆਉਂਦਾ? ਉਹ ਕੀ ਹਾਲ ਆ ਸੁੱਖੀ? ਵਧੀਆ ਵਧੀਆ ਜੱਸੇ, ਹੋਰ ਜੱਗੇ ਕਿਵੇਂ? ਵਧੀਆ ਵਧੀਆ। ਹੋਰ ਸੁੱਖੀ ਕਿਵੇਂ ਲੰਘਦੀ ਹੈ ਤੇਰੀ ਵਿਆਹ ਵਾਲੀ ਲਾਈਫ? ਵਧੀਆ ਵਧੀਆ, ਤੁਸੀਂ ਸੁਣਾਓ? ਵਧੀਆ। ਪੰਜੇ ਕਿਹੋ ਚ ਨੇ? ਓਏ ਉਹ ਕਿਵੇਂ? ਉਹ ਪੰਜੇ ਕਿਹੋ ਚ ਆਪਣੇ ਤੁਹਾਡੀ ਭਰਜਾਈ ਨੂੰ ਮਿਲ ਗਈ ਸਰਕਾਰੀ ਨੌਕਰੀ। ਉਹ ਕਾਹਦੀ ਨੌਕਰੀ ਮਿਲ ਗਈ? ਤੁਹਾਨੂੰ ਪਤਾ ਤਾਂ ਹੈਗਾ ਸੀ, ਉਹਨੇ BSc ਕੀਤੀ ਹੋਈ ਸੀ ਨਰਸਿੰਗ ਦੀ। ਅੱਛਾ, ਸਰਕਾਰੀ ਨਰਸ ਬਣ ਗਈ। ਅੱਛਾ, ਫਿਰ ਤਾਂ ਯਾਰ ਵਧਾਈ, ਪਾਰਟੀ ਹੋ ਗਈ ਯਾਰ। ਪਾਰਟੀ ਕੋਈ ਨਾ, ਤੁਹਾਨੂੰ ਦੇਵਾਂਗੇ, ਲਹਿਰੇ ਦੇ ਜਿਹੜੇ ਹੋਟਲ 'ਚ ਕਹੋਗੇ ਉਹ 'ਚ ਦੇ ਦਾਂਗੇ। ਹੁਣ ਤਾਂ ਫਿਰ ਚੰਗੇ ਪੈਸੇ ਵੱਡਾ ਕਰਾਉਂਗੇ ਹਨਾ? ਉਹ ਪੈਸੇ ਤਾਂ ਕਿਹੜੇ 'ਚ ਲੱਗ ਯਾਰਾ, ਚੱਲੀ ਜਾਂਦਾ। ਪਹਿਲਾਂ ਤਾਂ ਪ੍ਰਾਈਵੇਟ ਰੱਖਣਗੇ, 10-12 ਹਜ਼ਾਰ ਦਿਆ ਕਰਨਗੇ, ਉਸ ਤੋਂ ਬਾਅਦ ਪੱਕੀ ਹੋਊਗੀ। ਅਗਲੀ ਨੇ ਮਿਹਨਤ ਕੀਤੀ ਸੀ, ਮਿਹਨਤ ਰੰਗ ਨੇ ਹੈਗੀ। ਬਾਕੀ ਕਿਸਮਤ ਹੁੰਦੀ ਹੈ ਯਾਰ ਬੰਦੇ। ਅਗਲੀ ਨੇ ਪੜ੍ਹਾਈ ਕੀਤੀ ਸੀ ਕਿੰਨੇ ਸਾਲ ਹਨਾ? ਹਾਂ ਹਾਂ, ਇਹ ਤਾਂ ਹੈਗੀ। ਚੱਲ ਵਧੀਆ। ਇੱਕ ਮਿੰਟ ਫੋਨ ਆ, ਠੀਕ ਹੈ ਠੀਕ ਹੈ। ਇਹਨੂੰ ਕਿਹਦਾ ਫੋਨ ਆ ਗਿਆ? ਉਹ ਇਹ ਵੀ ਪੁੱਠੇ ਕੰਮ ਕਰਦਾ ਰਹਿੰਦਾ ਯਾਰ। ਉਹ ਇਹ ਵੀ ਬਤੰਦਰੇ ਕਿ ਨਰਸ ਜੀ ਨੇ ਫਸ ਰਹੇ। ਅੱਛਾ, ਵਿਆਹੀ ਹੋਈ ਹੈ। ਹਾਂ, ਵਧੀਆ ਟਾਈਮ ਪਾਸ ਕਰੀ ਜਾਂਦਾ। ਊਂ ਲਾਰਾ ਲਾਰ ਕੇ ਕਹਿੰਦੀ ਮੈਂ ਤੇਰੇ ਨਾਲ ਵਿਆਹ ਕਰਾਉਂਗੀ। ਅੱਛਾ, ਹਾਂ ਬਤੰਦਰ ਸਾਰਾ ਦਿਨ ਗੱਲਾਂ ਮਾਰੀ ਜਾਂਦੇ ਨਾਲ। ਸਵੇਰੇ ਹੀ ਫੋਨ ਕਰਿਆ ਸੀ, ਉਰੀ ਖੜਿਆ ਸੀ ਮੈਂ, ਉਦੋਂ ਚੱਕਿਆ ਨਹੀਂ। ਹੁਣ ਮੈਂ ਲੱਗਦਾ ਘਰ ਘੁਰ ਵਾਲਾ ਬਾਹਰ ਜਾ ਰਿਹਾ ਹੋਣਾ, ਉਹ ਤਾਂ ਕਰ ਲਿਆ ਫੋਨ ਉਹਨੇ। ਹੋਰ ਵਧੀਆ ਟਾਈਮ ਪਾਸ ਕਰੀ ਜਾਂਦਾ। ਮੈਨੂੰ ਕਹਿੰਦਾ ਨਹੀਂ, ਮਹਾ ਯਾਰ ਮੈਂ ਨਹੀਂ ਇਹੋ ਜਿਹਾ ਕੰਮ ਕਰਦਾ ਹੈਗਾ। ਚੱਲ ਠੀਕ ਹੈ ਯਾਰ ਜੱਗੇ, ਮੈਨੂੰ ਵੀ ਇੱਕ ਕੰਮ ਯਾਦ ਆ ਗਿਆ, ਜਾ ਮੈਂ। ਉਹ ਖੜ ਜਾ, 10 ਮਿੰਟ ਮਾਰ ਦਿਆਂ ਗੱਲਾਂ ਬਾਤਾਂ। ਨਾ ਹੋ ਗਿਆ, ਕਿੱਧਰ ਜਾਣਾ? ਉਹ ਜ਼ਰੂਰੀ ਕੰਮ ਯਾਦ ਆ ਗਿਆ ਜੱਸੇ, ਮੈਂ ਜਾਂਦਾਗਾ। ਅੱਛਾ, ਹੋਰ ਉਸ ਤੋਂ ਬਾਅਦ ਫਿਰ ਮਿਲਦੇ ਜਲਦੀ ਰਹਿਣਾ। ਚੱਲ ਚੱਲ, ਪਾਰਟੀ ਦੇਣੀ ਨਾ ਭੁੱਲੀ ਫਿਰ। ਨਾ ਨਾ, ਪਾਰਟੀ ਦੇ ਦਾਂਗੇ। ਚਲੋ ਚੱਲ, ਆਪਾਂ ਵੀ ਚੱਲੀਏ। ਮੈਂ ਸੁੱਖੀ ਕਿਹਾ ਰਹੇ ਤਾਂ ਰੰਮ ਗਏ ਸਾਰੇ। ਐਂ ਕਰਦਾ 2:30 ਵਜਣ ਵਾਲੇ ਹਨਾ, ਸੁੱਖ ਵੀ ਆਉਣ ਵਾਲੀ ਆ ਘਰੇ, ਕੱਲ ਤਾਂ ਚਾਹ ਚੂ ਵੀ ਆਉਣਾ ਨਾ, ਰੋਟੀ ਖਾ ਆਉਣਾ ਗਾ। ਚੱਲ ਅਗਲਾ ਕਿਆਰੇ ਚਾ ਕੇ ਫਿਰ ਛੱਡਦੇ ਹਾਂ, ਉਦੋਂ ਨੂੰ ਇਹ ਭਰੂਗਾ ਕਿਆਰਾ।
ਉਹ ਰੋਟੀ ਪਾਣੀ ਖਾਵਾ ਫਿਰ ਦੇਖਦੇ ਆ ਨਾ ਦੇਖਦੇ ਆ ਉਹਦੀ ਕਿਵੇਂ ਰਹੀ ਡਿਊਟੀ ਦਾ ਪਹਿਲਾ ਦਿਨ। ਲੈ ਉਹ ਖੜ ਗਈ ਜੱਸੇ ਕੋਲ, ਮੇਰਾ ਸੱਕ ਸ਼ਾਹੀ ਨਿਕਲਿਆ ਗਾ, ਦੇਖ ਕਿਵੇਂ ਮਾਰਦੀ ਆ ਗੱਲਾਂ, ਇਹਨੂੰ ਐਂ ਆ ਵੀ ਕਿਸੇ ਨੂੰ ਪਤਾ ਹੀ ਨਹੀਂ ਲੱਗਦਾ। ਚੱਲ ਕੋਈ ਨਾ, ਮੈਂ ਵੀ ਤੇਥੋਂ ਗਿਣ ਗਿਣ ਬਦਲੇ ਲਊਂਗਾ, ਤੂੰ ਘਰੇ ਚੱਲ ਕੇ ਰਾ, ਫਿਰ ਪੁੱਛਦਾ ਤੈਨੂੰ ਵੀ ਬੇਗਾਨੇ ਮਰਦ ਨਾ ਕਿਵੇਂ ਗੱਲਾਂ ਮਾਰੀ ਦੀਆਂ ਨੇ ਘਰ ਆਏ ਨੂੰ ਧੋਖਾ ਦੇ ਕੇ। ਮੈਂ ਕਦੇ ਸੋਚਿਆ ਵੀ ਨਹੀਂ ਸੀ ਵੀ ਇਹ ਵੀ ਅਸੀਂ ਨਿਕਲੂ, ਮੈਂ ਕਿੰਨਾ ਚਾਵਾਂ ਨਾਲ ਇਹਨੂੰ ਡਿਊਟੀ 'ਤੇ ਭੇਜਦਾ ਹੁੰਦਾ ਸੀ, ਪਰ ਇਹ ਕਾਰੇ ਕਰਦੀ ਹੋਊ ਬਾਰੇ ਮੈਂ ਕਦੇ ਸੋਚਿਆ ਵੀ ਨਹੀਂ ਸੀ। ਬਹੁਤ ਮਾੜੀ ਕੀਤੀ ਤੂੰ ਮੇਰੇ ਨਾਲ, ਕਿਉਂ ਡਾਕਟਰ ਨਹੀਂ ਆ ਗਈ? ਹਾਂਜੀ ਆ ਗਈ ਜੀ, ਟਾਈਮ ਨਹੀਂ ਆ ਗਈ ਹੈ, ਛੇਤੀ ਮਿਲ ਜਾਂਦੀ ਛੁੱਟੀ। ਹਾਂ ਫਿਰ ਵੈਸੇ ਵੀ ਕੰਮ ਥੋੜਾ ਸੀ ਅੱਜ ਤਾਂ ਕਰਕੇ। ਅੱਛਾ ਅੱਛਾ, ਕਿੰਨੇ ਕਿੰਨੇ ਤੇਰੇ ਸਟਾਫ 'ਚ ਨਰਸਾਂ ਨੁਰਸਾਂ ਹੋਰ? ਸਟਾਫ 'ਚ ਤਾਂ ਅਸੀਂ ਦੋ ਹੀ ਹਾਂ, ਇੱਕ ਅੱਜ ਛੁੱਟੀ 'ਤੇ ਸੀ ਅਤੇ ਸਿਰਫ ਮੈਂ ਹੀ ਗਈ ਸੀ ਅੱਜ। ਅੱਛਾ ਅੱਛਾ, ਇਕੱਲੀ ਸੀ ਉੱਥੇ? ਅੱਜ ਇਕੱਲੀ ਸੀਗੀ। ਅੱਛਾ, ਹੋਰ ਮਰੀਜ਼ ਮਰੂਜ਼ ਤਾਂ ਯਾਦ ਤੰਗ ਕਰਦੇ? ਮਰੀਜ਼ਾਂ ਦੀ ਤਾਂ ਪੁੱਛੋ ਹੀ ਨਾ, ਇੰਨਾ ਸਿਰ ਖਾਂਦੇ ਆ ਨਾ, ਪਤਾ ਨਹੀਂ ਕਿਹੜੀਆਂ ਕਿਹੜੀਆਂ ਬਿਮਾਰੀਆਂ ਗਿਣਾ ਦਿੰਦੇ ਆ। ਉਲਟਾ ਉੱਪਰੋਂ ਇਲਾਜ ਵੀ ਆਪ ਦੱਸਣਗੇ, ਮੈਡਮ ਜੀ ਸਾਨੂੰ ਆਹ ਦਵਾਈ ਦੇ ਦਿਓ, ਇਹ ਅਸੀਂ ਕਦ ਲਈ ਬੈਠੇ ਹਾਂ। ਚੱਲ ਤੂੰ ਵੀ ਚੱਕ ਕੇ ਫਿਰ ਬੁਖਾਰ ਆ ਨਹੀਂ ਸਾਰਿਆਂ ਨੂੰ ਫੜਾ ਦਿਆ ਕਰ, ਕਿਸੇ ਨੂੰ ਸਿਰ ਦਰਦ ਦੇ ਇਕੱਠੇ ਹੀ ਦੇ ਦੀ ਸਾਰੇ ਰੋਗਾਂ ਦੀਆਂ, ਆਪ ਹੀ ਸੈੱਟ ਹੁੰਦੇ ਫਿਰਦਿਆ ਕਰਨਗੇ, ਤੂੰ ਕਾਹਤੋਂ ਇੰਨੀ ਸਿਰ ਦਰਦੀ ਲੈਣੀ ਆ? ਮੈਨੂੰ ਲੱਗਦਾ ਇਹੀ ਕਰਨਾ ਪੈਣਾ, ਸਕੀਮ ਤਾਂ ਤੁਹਾਡੀ ਵੈਸੇ ਵਧੀਆ। ਉਹ ਐਂ ਹੀ ਕਰਦੀਆਂ ਸਾਰੀਆਂ ਨਰਸਾਂ ਸਾਡੇ ਪਿੰਡ ਵਾਲੀਆਂ ਵੀ ਐਂ ਕਰਦੇ ਹੁੰਦੇ ਹੌਸਪੀਟਲ 'ਚ, ਸਾਰੇ ਤਰ੍ਹਾਂ ਦੀ ਗੋਲੀ ਚੱਕ ਹੀ ਫੜਾਉਂਦੇ, ਕੋਈ ਨਾ ਤੈਨੂੰ ਆ ਜਾਊ ਹੌਲੀ ਹੌਲੀ ਹਿਸਾਬ ਚੰਗਾ। ਅੱਧੀ ਕਦੇ ਮੈਨੂੰ ਉਹਨਾਂ ਦੀ ਪ੍ਰੋਬਲਮ ਹੀ ਨਹੀਂ ਸਮਝ ਆਉਂਦੀ ਵੀ ਕਿਹੜਾ ਕਿਹੜਾ ਇਲਾਜ ਕਰਾਂ ਇਹਨਾਂ ਦਾ ਮੈਂ। ਉਹ ਬਸ ਉਹ ਤਾਂ ਊਂ ਹੀ ਆ ਜਾਂਦੇ ਨੇ ਯਾਰ, ਉੱਠ ਕੇ ਮਾੜਾ ਮੋਟਾ ਦਵਾਈ ਬੂਟੀ ਲੈਣ, ਆਪ ਹੀ ਸੈੱਟ ਹੋਇਆ ਕਰਨਗੇ, ਤੂੰ ਸਾਰਿਆਂ ਨੂੰ ਹੀ ਫੜਾ ਲਿਆ ਕਰ ਚੰਗਾ। ਠੀਕ ਹੈ, ਹੁਣ ਐਵੇਂ ਕਰ, ਹੁਣ ਤੂੰ ਤਾਂ ਪੂਰੇ ਗੌਰ ਨਾਲ ਦੇਖਦੀ ਹੋਊਗੀ ਮੈਂ ਪ੍ਰਾਈਵੇਟ ਹਸਪਤਾਲਾਂ 'ਚ ਦੇਖਦੇ ਨੇ, ਹੋਰ ਕੀ ਮੈਂ ਤਾਂ ਪੂਰੀ ਆਪਣੀ ਇਮਾਨਦਾਰੀ ਨਾਲ ਕੰਮ ਕਰਦੀ ਹਾਂ। ਅੱਛਾ, ਉਹ ਇੰਨਾ ਧਿਆਨ ਨਹੀਂ ਦੇਈਦਾ ਹੁੰਦਾ, ਪਰ ਇੱਕ ਇਹ ਵੀ ਹੈ ਕਿ ਮੈਨੂੰ ਚਾਹ ਵਾਜੇ ਸ਼ਾਇਦ ਤਾਂ ਕਰਕੇ। ਤੈਨੂੰ ਚਾਹ ਆ ਜਾ, ਜਦੋਂ ਪ੍ਰਾਣੀ ਹੋ ਗਈ ਨਾ ਤੂੰ ਵੀ ਉਹੀ ਕੰਮ ਕਰਨ ਲੱਗ ਗਈ, ਜਦੋਂ ਮਰੀਜ਼ਾਂ ਨੇ ਦਿੱਤਾ ਦੁੱਖ ਤੈਨੂੰ। ਸਹੀ ਗੱਲ, ਫਿਰ ਤਾਂ ਮੈਂ ਆਪ ਹੀ ਲੱਗਦਾ ਮਰੀਜ਼ ਬਣ ਜੂੰਗੀ। ਤੂੰ ਕਾਹਨੂੰ ਡਾਕਟਰ ਨਹੀਂ ਮਰੀਜ਼ ਬਣਨੀ ਆ, ਤੈਨੂੰ ਕੀ ਹੋਇਆ, ਤੇਰੀ ਉਮਰ ਆ ਮਰੀਜ਼ ਬਣਨ ਵਾਲੀ ਹੈ? ਜੇ ਇਹੋ ਜਿਹੇ ਮਰੀਜ਼ ਹੁੰਦੇ ਰਹੇ ਬਸ ਮੇਰਾ ਤਾਂ ਸਰ ਗਿਆ ਫਿਰ। ਉਹ ਕੋਈ ਨਾ, ਹਜੇ ਤਾਂ ਪਹਿਲਾ ਦਿਨ ਹੀ ਆ ਤਾਂ ਕਰਕੇ ਤੈਨੂੰ ਜ਼ਿਆਦਾ ਤਕਲੀਫ ਹੋਈ ਆ, ਫਿਰ ਉਹ ਆਪੀ ਢਲ ਜਾਏਗੀ ਉਹਨਾਂ ਨੂੰ ਸਾਰੀ। ਚੰਗਾ, ਹਾਂ ਫਿਰ ਤਾਂ ਆਦੀ ਹੋ ਜਾਊਂਗੀ ਮੈਂ। ਹੋਰ ਯਾਰ, ਥੱਕ ਵੀ ਗਈ ਹੋਊਂਗੀ ਹੈ ਨਾ ਤੂੰ? ਬਹੁਤ ਥੱਕੀ ਪਈ ਮੈਂ ਤਾਂ ਸੱਚੀ। ਥੱਕ ਤਾਂ ਮੈਂ ਵੀ ਗਿਆ, ਤੂੰ ਤਾਂ ਇੱਥੋਂ ਤੁਰ ਕੇ ਆਈ ਆ ਬਸ 'ਚ ਉਤਰ ਕੇ ਹੈ। ਮੈਂ ਸਾਰੇ ਦਿਨ ਦਾ ਖੇਤ ਪਾਣੀ ਲਾਉਂਦਾ ਸੀ, ਮੈਂ ਨਹੀਂ ਥੱਕਿਆ ਹੋਣਾ ਹੈ। ਹਾਂ ਕੰਮ ਤਾਂ ਤੁਸੀਂ ਵੀ ਲੱਗੇ ਸੀਗੇ। ਚੱਲ ਐਂ ਕਰ, ਚਾਹ ਪਾਣੀ ਤਾਂ ਬਣਾ ਕੇ ਲਿਆ ਦੇ, ਰੋਟੀ ਰਾਟੀ ਲਾ ਦੇ। ਰੋਟੀ ਤਾਂ ਮੈਂ ਬਣਾ ਦੇਣੀ, ਪਰ ਕੁਛ ਚਿਰ ਨੂੰ ਰੁਕ ਜਾਓ, ਮੈਂ ਆਪ ਥੱਕੀ ਪਈ ਹਾਂ। ਥੱਕ ਗਈ? ਹਾਂ ਥੋੜ੍ਹੀ ਦੇਰ ਤੱਕ ਬਣਾ ਦੇਣੀ। ਸਰ ਕਰ ਲਾ ਢੂਹੀ ਸਿੱਧੀ ਤੂੰ ਵੀ। ਠੀਕ ਆ, ਤੁਸੀਂ ਵੀ ਰੈਸਟ ਕਰ ਲਓ, ਮੈਂ ਵੀ 10 ਮਿੰਟ ਪੈ ਲਾਂ। ਆ ਗਿਆ ਤੂੰ? ਆਹੋ ਆ ਗਿਆ, ਆ ਤਾਂ ਨਹੀਂ ਉੱਠਦੇ ਗਿਆ ਇਹਦੇ ਮੋਰੇ ਤਾਂ, ਭਾਵੇਂ ਢੋਲ ਬਚਾਈ ਜਾ, ਇਹ ਨਹੀਂ ਉੱਠਦਾ ਇੰਨੀ ਛੇਤੀ। ਚਲ ਆ ਜਾ ਫਿਰ ਅੰਦਰ ਚੱਲੀ। ਚੱਲ ਦੱਸੀ, ਤੈਨੂੰ ਡਰ ਡੁਰ ਨਹੀਂ ਲੱਗਦਾ? ਉਹ ਡਰ ਕਾਹਦਾ ਲੱਗਣਾ, ਜਦੋਂ ਪਿਆਰ ਹੀ ਕਰ ਲਿਆ ਫਿਰ ਕੀ ਡਰਨਾ। ਤੂੰ ਸੱਚੀ ਮੈਨੂੰ ਪਿਆਰ ਕਰਦਾ? ਕਿਵੇਂ ਬੇਕੁਬੜਾ ਹੀ ਜਾਂਦਾ। ਉਹ ਬਥੇਰਾ ਪਿਆਰ ਕਰਦਾ, ਹੋਰ ਕਿਤੇ ਨੂੰ ਹੁਣ ਸਟਾਮ ਤੇ ਲਿਖ ਕੇ ਦੇ ਦਾਂ ਮੈਂ। ਐਂ ਤਾਂ ਮੈਨੂੰ ਤੇਰੇ ਤੇ ਯਕੀਨ ਆ। ਫਿਰ ਜੇ ਤੈਨੂੰ ਅੱਜ ਕੱਢ ਕੇ ਲੈ ਜਾ, ਦੇਖਾਂ ਫਿਰ ਕੀ ਕਰ ਲੂਗਾ ਤੇਰੇ ਘਰ ਵਾਲਾ। ਬਸ ਬਸ, ਰਹਿਣ ਦੇ ਜਾਣ ਦੀਆਂ ਵੱਡੇ ਮਿਰਜ਼ੇ ਨੂੰ। ਆਹੋ ਕਿਵੇਂ ਆਇਆ ਹੋਇਆ ਇੱਥੇ, ਉਹਨੇ ਸੁੱਤੀ ਪਈ ਆ। ਤਾਂ ਕੋਈ ਨਹੀਂ ਹੈਗਾ, ਇਹਨਾਂ ਨੂੰ ਕੀ ਹੋ ਗਿਆ, ਇਹ ਕਿੱਧਰ ਤੁਰੇ ਫਿਰਦੇ ਇੱਕਦਮ? ਕੀ ਹੋ ਗਿਆ ਤੁਹਾਨੂੰ, ਕੀ ਲੱਭਦੇ ਫਿਰਦੇ ਹੋ? ਹਜੇ ਤੈਨੂੰ ਪਤਾ ਨਹੀਂ ਕੀ ਹੋ ਗਿਆ, ਦੱਸ ਇੱਥੇ ਕੌਣ ਆਇਆ ਸੀ?
ਕੀ ਬੋਲੀ ਜਾਂਦੇ ਤੁਸੀਂ ਇੱਥੇ ਕਿੰਨੇ ਆਉਣਾ ਹੋਇਆ ਕੀ ਆ ਮੈਂ ਆਪਦੇ ਕੰਨੀ ਸੁਣਿਆ ਮੈਨੂੰ ਸਿੱਧੀ ਹੋ ਕੇ ਦੱਸ ਦੇ ਕਿ ਇੱਥੇ ਕੌਣ ਆਇਆ ਸੀ ਕੀ ਹੋਇਆ ਤੁਹਾਡੇ ਨਾਲ ਨਹੀਂ ਗੁੱਤ ਦਾ ਤੇਰਾ ਕੋਈ ਬਾਲ ਨਹੀਂ ਛੱਡਣਾ ਦੱਸ ਕੌਣ ਆਇਆ ਛੱਡੋ ਮੈਨੂੰ ਹੋਇਆ ਕੀ ਆ ਕਿਉਂ ਬੰਦਲੇ ਫਿਰਦੇ ਹੋ ਇੱਥੇ ਦੱਸ ਤੇਰੇ ਨਾਲ ਗੱਲਾਂ ਕੌਣ ਮਾਰਦਾ ਹੈ ਸਾਫ ਸਾਫ ਦੱਸ ਦੇ ਤੈਨੂੰ ਪਿਆਰ ਨਾਲ ਪੁੱਛੋ ਇੱਥੇ ਕਿੰਨੇ ਆਉਣਾ ਕਿੰਨੇ ਗੱਲਾਂ ਮਾਰਨੀਆਂ ਮੇਰੇ ਨਾਲ ਫਿਰ ਮੈਂ ਝੂਠ ਬੋਲਦਾ ਹੈ ਫਿਰ ਮੈਂ ਝੂਠ ਬੋਲਦੀ ਆ ਹੋਰ ਤੂੰ ਝੂਠ ਤਾਂ ਬੋਲਦੀ ਆ ਹੱਦ ਹੋ ਗਈ ਤੁਹਾਡੀ ਮੈਨੂੰ ਲੱਗਦਾ ਤੁਸੀਂ ਨਾ ਧੁੱਪ 'ਚ ਕੰਮ ਕਰਕੇ ਆਇਓ ਤੇ ਗਰਮੀ ਤੁਹਾਡੇ ਦਿਮਾਗ ਨੂੰ ਚੜ ਗਈ ਆ ਕੁਛ ਵੀ ਬੋਲੀ ਜਾਂਦੇ ਤੁਸੀਂ ਮੇਰਾ ਦਿਮਾਗ ਨਹੀਂ ਖਰਾਬ ਹੋਇਆ ਠੀਕ ਆ ਫਿਰ ਮੇਰਾ ਖਰਾਬ ਆ ਮੈਨੂੰ ਬੇਵਕੂਫ ਨਾ ਬਣਾ ਤੂੰ ਸਮਝ ਆ ਗਈ ਹੱਦ ਆ ਕਿਉਂ ਤੁਸੀਂ ਐਵੇਂ ਲੜਾਈ ਕਰੀ ਜਾਂਦੇ ਹੋ ਮੇਰੇ ਨਾਲ ਬਸ ਰਹਿਣ ਦੇ ਤੂੰ ਚੱਪੀ ਕਰ ਜਾ ਜਾ ਆਪਦਾ ਚਾਹ ਪਾ ਆਪਦਾ ਦਿਮਾਗ ਠੰਡਾ ਕਰੋ ਮੈਂ ਰੋਟੀ ਬਣਾਉਣੀ ਤਦ ਤੱਕ ਤੂੰ ਐ ਕਰ ਆਪਦੀ ਬਣਾ ਕੇ ਖਾ ਲੈ ਮੈਂ ਨਹੀਂ ਤੇਰੇ ਹੱਥ ਦੀ ਖਾਣੀ ਮੈਂ ਜਾਣਾ ਕਿਤੇ ਮਰਜੀ ਜਾਵਾਂ ਹੋ ਗਈ ਆ ਇਹਨਾਂ ਨੂੰ ਮੈਨੂੰ ਤਾਂ ਸਮਝ ਹੀ ਨਹੀਂ ਆਉਂਦੀ ਉਹ ਹੀ ਬੁੰਦਲੇ ਫਿਰਦੇ ਆ ਪਤਾ ਨਹੀਂ ਕੀ ਕੀ ਦੇਖਦੇ ਰਹਿੰਦੇ ਆ ਮੈਨੂੰ ਲੱਗਦਾ ਖੇਤ ਨਾ ਕੰਮ ਕਰਦੇ ਥੱਕ ਆ ਹੋਰ ਹੀ ਦਿਮਾਗ ਤੇ ਲੋੜ ਪਾ ਲਿਆ ਹੋਣਾ ਕੋਈ ਚੱਲ ਕੋਈ ਨਹੀਂ ਸ਼ਾਮ ਤੱਕ ਆਪ ਹੀ ਸੈੱਟ ਹੋ ਜੂਗਾ ਦਿਮਾਗ ਉਹ ਜੱਸਿਆ ਫਿਰ ਕਿਵੇਂ ਚੱਲਦੀ ਹੈ ਤੇਰੀ ਲਵ ਸਟੋਰੀ ਵਧੀਆ ਚੱਲੀ ਜਾਂਦੀ ਹੈਗੀ ਅੱਛਾ ਹੋਈ ਜਾਂਦਾ ਵਾ ਟਾਈਮ ਪਾਸ ਮੈਂ ਤੈਨੂੰ ਵੀ ਆਖ ਦੀ ਪਤਿੰਦਰ ਭਰਾ ਦਾ ਨਾ ਕਿਤੇ ਇਧਰ ਉਹ ਨਾ ਨਾ ਮੈਂ ਤਾਂ ਸਿੰਗਲ ਹੀ ਠੀਕ ਆ ਉਹਦੇ ਘਰ ਘੁਰ ਵਾਲੇ ਨੂੰ ਤਾਂ ਨਹੀਂ ਪਤਾ ਲੱਗਿਆ ਉਹ ਨਾ ਨਾ ਘਰ ਵਾਲੇ ਨੂੰ ਕਾਹਨੂੰ ਪਤਾ ਲੱਗਦਾਗਾ ਉਹ ਫੋਨ ਹੀ ਉਦੋਂ ਕਰਦੀ ਸਾਰਾ ਦਿਨ ਫੋਨ ਜੇ ਤੇ ਮੰਡੀ ਰਹਿੰਦੀ ਹੈ ਉਹ ਸਾਰਾ ਦਿਨ ਕਿੱਥੇ ਮੰਡੀ ਰਹਿੰਦੀ ਆ ਹੋਰ ਜਦੋਂ ਤੇਰੇ ਲਵੇ ਆਉਣਾਗਾ ਮੈਂ ਉਹਦੀ ਪਤਿੰਦਰ ਨਹੀਂ ਫੋਨ ਕਰ ਲੈਂਦੀ ਹੈ ਮੈਨੂੰ ਤੈਨੂੰ ਆਏ ਹੋਰੇ ਵੀ ਸਾਰਾ ਦਿਨ ਮੰਡੀ ਰਹਿੰਦੀ ਹੈ ਕਿਉਂ ਜੱਸੇ ਕਿਉਂ ਕੀ ਹਾਲ ਹੈ ਵਧੀਆ ਹੋਰ ਜੀ ਕੀ ਕਰੀ ਜਾਂਦੇ ਹੋ ਉਹ ਕੁਛ ਨਹੀਂ ਬਸ ਉਹੀ ਖੜੇ ਗੱਲਾਂ ਹੀ ਮਾਰਦੇ ਦੀ ਅੱਛਾ ਅੱਛਾ ਲੈ ਆ ਗਿਆ ਬਣੋ ਆ ਗਿਆ ਤਾਂ ਫੋਨ ਚੱਲ ਮੈਂ ਆ ਗਿਆ ਇੱਕ ਮਿੰਟ ਕਿਵੇਂ ਸਾਰਾ ਦਿਨ ਹੀ ਗੱਲਾਂ ਕਰੀ ਜਾਂਦੀਆਂ ਨੇ ਉਹ ਤਾਂ ਸਾਰਾ ਦਿਨ ਵੀ ਕੀ ਜਦੋਂ ਘਰ ਘੁਰ ਵਾਲਾ ਜਾਂਦਾ ਬਾਹਰ ਇਹਦਾ ਉਦੋਂ ਕਰਦੀ ਹੈ ਅੱਛਾ ਪਹਿਲਾਂ ਵੀ ਕਰੀ ਜਾਂਦੇ ਕਿ ਹੁਣੀ ਆਇਆ ਫੋਨ ਬਸ ਹੁਣੇ ਆਇਆ ਪਹਿਲਾਂ ਤਾਂ ਕਰੀ ਦੀ ਨੇ ਟਰਾਈ ਜੀ ਉਦੋਂ ਕੱਟ ਕੁੱਟ ਦਿੰਦੀ ਸੀ ਮੂਹਰੋਂ ਮਿਲਾ ਤਾਂ ਕਰੀ ਦੀ ਉਹਦਾ ਘਰ ਵਾਲਾ ਅੱਛਾ ਹਾਂ ਫਿਰ ਹੁਣ ਇਹਦੇ ਮਿਲਾ ਇਹਦੇ ਘਰ ਵਾਲਾ ਵੱਗ ਗਿਆ ਤਾਂ ਇਹਨੂੰ ਮਸਕਾਲ ਜੀ ਠੋਕੀ ਨੇ ਚੱਕ ਕੇ ਉਹਦੀ ਕਰ ਲਿਆ ਅੱਛਾ ਉਹਦਾ ਮਾੜਾ ਜਿਹਾ ਨਹੀਂ ਬਾਹਰ ਜਾਣ ਦਿੰਦੀ ਉਹਦੀ ਕਰ ਲੈਂਦੀ ਆ ਫੋਨ ਅੱਛਾ ਆਪਦੇ ਘਰ ਆਏ ਧੋਖਾ ਦੇ ਜਾਂਦੀ ਆ ਹੋਰ ਉਹਦੇ ਘਰ ਵਾਲੇ ਨੂੰ ਬਹੁਤ ਧੋਖਾ ਦਿੰਦੀ ਹੈ ਅੱਛਾ ਹੁਣ ਹੀ ਆਇਆ ਤੇ ਕੋਲ ਫੋਨ ਪਹਿਲਾਂ ਨਹੀਂ ਸੀ ਆਇਆ ਨਾ ਨਾ ਬਸ ਹੁਣੇ ਆਇਆ ਤੇਰੇ ਮੂਹਰੇ ਮੂਹਰੀ ਪਹਿਲਾਂ ਮੇਰੇ ਨਾਲ ਲੱਗ ਰਹੀ ਗੱਲਾਂ ਮਾਰਨਾ ਚੱਲ ਮੈਂ ਘਰੇ ਜਾਂਦਾ ਇੱਕ ਕੰਮ ਜ਼ਰੂਰੀ ਯਾਦ ਆ ਗਿਆ ਖੜ ਜਾ ਕਰ ਬਸ ਬਸ ਉਹ ਇਹਨੂੰ ਕੀ ਹੋ ਗਿਆ ਕੁਛ ਨਹੀਂ ਯਾਰ ਉਦੇ ਵੀ ਐਂ ਭੱਜ ਗਿਆ ਪਤੰਦਰ ਗੱਲ ਜੀ ਸੁਣ ਕੇ ਪਤਾ ਨਹੀਂ ਕੀ ਇਹਦੇ ਮਨ ਤੇ ਆਉਂਦੀ ਹੈ ਅੱਜ ਨਹੀਂ ਲਬੜਾ ਗਿਆ ਕਿਸੇ ਦੀ ਮੈਂ ਖੜ ਜਾ ਇੱਕ ਤੂੰ ਨਹੀਂ ਕਰਦਾ ਗੱਲਾਂ ਆ ਜਾ ਬਣਾਉਂਦਾ ਫੋਨ ਉਹਦੀ ਚੱਕ ਲਾਂ ਉਹ ਮਸਾਂ ਵਿਚਾਰੀ ਫੋਨ ਕਰਦੀ ਹੈ ਯਾਰ ਮੈਂ ਵੀ ਕੀ ਕਰਾਂ ਮਸਾਂ ਕਾਹਨੂੰ ਤੁੰਦਾ ਮੈਂ ਸਾਰਾ ਦਿਨ ਤਾਂ ਇਸੇ ਦੇ ਫੋਨ ਤੇ ਲੱਗੇ ਰਹਿੰਦੇ ਹੋ ਉਹ ਕਾਹਨੂੰ ਲੱਗੇ ਰਹਿਣਾ ਜਦੋਂ ਮੈਨੂੰ ਲੱਗਦਾ ਤੇਰੇ ਨਾਲ ਕੋਈ ਰਾਸ਼ੀ ਮਿਲਦੀ ਹੈਗੀ ਜਦੋਂ ਤੂੰ ਆਉਣਾ ਉਹਦੀ ਇਹਦਾ ਫੋਨ ਆਉਂਦਾ ਗਾ ਚੱਲ ਚੱਲ ਚੱਲੀਏ ਕਰੇ ਫਿਰ ਚੱਲ ਆ ਜਾ ਹਾਂਜੀ ਹਾਂਜੀ ਠੀਕ ਹੈ ਜੀ ਹਾਂ ਹਾਂ ਠੀਕ ਆ ਓਕੇ ਮੈਂ ਕਿਹਦੇ ਨਾਲ ਗੱਲ ਕਰਦੀ ਸੀ ਹੈਂ ਕਿਹਦਾ ਫੋਨ ਦੱਸ ਮੇਰੇ ਥੱਪੜ ਕਿਉਂ ਮਾਰਿਆ ਫੋਨ ਕਿਹਦਾ ਐ ਦੱਸ ਨੂੰ ਤੁਹਾਨੂੰ ਵੀ ਪਤਾ ਕਿਹਦਾ ਫੋਨ ਹੈ ਇਹ ਤੇਰੀ ਮੰਮੀ ਦਾ ਤੁਹਾਡੇ ਦਿਮਾਗ ਨੂੰ ਹੋ ਕੀ ਗਿਆ ਕੱਲ ਵੀ ਮੇਰੇ ਨਾਲ ਇੰਨੇ ਗੁੱਸੇ 'ਚ ਬੋਲੇ ਅੱਜ ਵੀ ਮੈਨੂੰ ਥੱਪੜ ਮਾਰਿਆ ਤੁਸੀਂ ਮੇਰਾ ਦਿਮਾਗ ਸੱਟਾ ਤੇਰਾ ਦਿਮਾਗ ਨਹੀਂ ਸੱਟ ਸਮਝ ਆ ਗਈ ਤੈਨੂੰ ਮੈਂ ਕੀਤਾ ਕੀ ਆ ਬਸ ਮੈਨੂੰ ਤੇਰੀ ਕਮਾਈ ਦੀ ਲੋੜ ਨਹੀਂ ਕੱਲੂ ਤੂੰ ਡਿਊਟੀ ਤੇ ਨਹੀਂ ਆਣਾ ਤੈਨੂੰ ਸਮਝ ਆ ਗਈ ਤੂੰ ਘਰੇ ਰਹਿਣਾ ਨਾ ਮੈਂ ਰੋਟੀਆਂ ਪਕਾਉਣ ਜੋਗੀ ਰਹਿ ਗਈ ਮੇਰੇ ਮਾਂ ਪਿਓ ਨੇ ਪੜਾਇਆ ਸਿਰਫ ਰੋਟੀਆਂ ਪਕਾਉਣ ਲਈ ਮੈਨੂੰ ਪੜਾਇਆ ਸੀ ਤੇਰੇ ਮਾਂ ਪਿਓ ਨੇ ਪੜਾਇਆ ਨਾ ਉਹੀ ਨੌਕਰੀ ਕਰਾ ਲੈਂਦੇ ਤੈਥੋਂ ਮੈਨੂੰ ਤੇਰੇ ਪੈਸੇ ਦੀ ਲੋੜ ਨਹੀਂ ਮੇਰੇ ਕੋਲ ਖੇਤੀਬਾੜੀ ਦੀ ਆਮਦਨ ਬਥੇਰੀ ਆ ਸਮਝ ਆ ਗਈ ਤੈਨੂੰ ਸਿੱਧੀ ਹੋ ਕੇ ਕੱਲ ਤੋਂ ਘਰੇ ਰਹਿ ਕਿਸੇ ਡਿਊਟੀ ਤੇ ਨਹੀਂ ਆਉਣਾ ਠੀਕ ਆ ਨਹੀਂ ਮੈਥੋਂ ਬੁਰਾ ਕੋਈ ਨਹੀਂ ਜੇ ਤੈਨੂੰ ਨਹੀਂ ਮਨਜ਼ੂਰ ਇਹ ਆਪਦਾ ਬੋਰੀਆਂ ਬਿਸਤਰਾ ਚੱਕ ਕੱਲੋਂ ਉਹਦੇ ਪੇਕੇ ਜਾ ਮੈਨੂੰ ਤੇਰੀ ਲੋੜ ਨਹੀਂ ਸਮਝ ਆ ਗਈ ਤੁਹਾਡੇ ਦਿਮਾਗ ਨੂੰ ਹੋਇਆ ਕੀ ਆ ਬਾਲਾ ਬੋਲ ਸਮਝ ਆ ਗਈ ਤੈਨੂੰ ਬੰਦਿਆਂ ਨੂੰ ਸਮਝਾਉਣਾ ਤੈਨੂੰ ਸਮਝ ਆ ਨਹੀਂ ਮੈਂ ਛਿੱਤਰ ਪਰੇਡ ਵੀ ਕਰਨ ਜਾਂਦਾ ਸਮਝ ਆ ਗਈ ਦਿਨੋ ਦਿਨ ਪਤਾ ਨਹੀਂ ਕੀ ਹੁੰਦਾ ਜਾਂਦਾ ਇਹਨਾਂ ਨੂੰ ਹੁਣ ਤਾਂ ਮੇਰੇ ਦੇ ਹੱਥ ਵੀ ਚੱਕਣ ਲੱਗ ਗਏ ਉਹ ਹਾਂ ਤੂੰ ਕਿੱਧਰ ਮੂੰਹ ਚੱਕਿਆ ਡਿਊਟੀ ਚੱਲੀ ਟਾਈਮ ਹੋ ਗਿਆ ਡਿਊਟੀ ਦਾ ਮੇਰਾ ਮੈਂ ਤੈਨੂੰ ਕੱਲ ਪਿਆਰ ਨਾਲ ਸਮਝਾਤਾ ਵੀ ਡਿਊਟੀ ਨਹੀਂ ਆਣਾ ਤੈਨੂੰ ਬੰਦਿਆਂ ਨੂੰ ਕਹੇ ਤੋ ਸਮਝ ਆਉਂਦਾ ਨਹੀਂ ਹੁੰਦਾ ਹੈ ਕਿਉਂ ਤੁਸੀਂ ਮੇਰੇ ਨਾਲ ਰੋਜ਼ ਕਲੇਸ਼ ਪਾ ਕੇ ਬਹਿ ਜਾਂਦੇ ਹੋ
ਕਲੇਸ਼ ਨਹੀਂ ਮੈਨੂੰ ਪਤਾ ਤੂੰ ਕਿੱਥੇ ਜਾਣੀ ਆ ਕਿੱਥੇ ਨਹੀਂ ਜਾਣੀ ਕੀ ਸਹੀ ਆ ਕੀ ਗਲਤ ਆ ਠੀਕ ਆ ਤੂੰ ਬਹੁਤ ਹੀ ਸਿਆਣੀ ਨਾ ਮਨ ਜੇ ਤੁਹਾਨੂੰ ਮੇਰੇ ਤੇ ਇੰਨਾ ਸ਼ੱਕ ਹੈ ਨਾ ਤਾਂ ਫੜੋ ਮੇਰਾ ਫੋਨ ਰੱਖ ਲਓ ਫੋਨ ਤੂੰ ਆਪਦਾ ਕੋਲੇ ਰੱਖ ਦੇਖੋ ਮੈਂ ਡਿਊਟੀ ਜਾਣਾ ਮੈਨੂੰ ਡਿਊਟੀ ਜਾਣ ਤੋਂ ਨਾ ਰੋਕੋ ਤੂੰ ਸਿੱਧੀ ਹੋ ਕੇ ਘਰੇ ਬਹਿ ਜਾ ਸਮਝ ਆ ਗਈ ਤੈਨੂੰ ਮੈਂ ਤਾਂ ਕਦੇ ਛੱਤਰ ਪਰੇਡ ਨਾ ਕਰਾਂ ਚੱਲ ਬੈਠ ਅੰਦਰ ਪਤਾ ਨਹੀਂ ਕੀ ਹੋ ਗਿਆ ਨਾ ਦਿਮਾਗ ਨੂੰ ਰੋਜ਼ ਕਲੇਸ਼ ਰੋਜ਼ ਕਲੇਸ਼ ਉਹ ਜੱਸੇ ਮੈਂ ਤੈਨੂੰ ਪਹਿਲਾਂ ਵੀ ਕਿਹਾ ਸੀ ਹੁਣ ਤੂੰ ਰੋਈ ਜਾਂਦਾ ਤੂੰ ਮੇਰੇ ਕਿ ਨਹੀਂ ਦੇਖ ਲੈ ਮੈਂ ਤੂੰ ਮੈਨੂੰ ਗੱਲ ਕਰਾਉਣ ਨੂੰ ਕਹਿੰਦਾ ਸੀ ਮੈਂ ਦੇਖ ਲੈ ਮੈਂ ਕਿਹਾ ਸੀ ਮੈਂ ਗੱਲ ਕਰਦਾ ਨਹੀਂ ਹੈਗਾ ਦੇਖ ਲੈ ਨਾ ਫਿਕਰ ਨਾ ਫਾਕਾ ਨਜ਼ਾਰੇ ਲੈਂਦੇ ਹਾਂ ਇਕੱਲੇ ਨਾ ਕਿਸੇ ਦਾ ਫੋਨ ਆਵੇ ਨਾ ਲੈਣਾ ਦੇਣਾ ਉਹ ਬਾਈ ਮੈਂ ਤਾਂ ਬਥੇਰਾ ਯਕੀਨ ਕਰਿਆ ਸੀਗਾ ਉਹਦੇ ਉਹ ਅੱਜ ਕੱਲ੍ਹ ਕਿਹੜੇ ਯਕੀਨ ਹੁੰਦੇ ਨੇ ਮੈਂ ਤਾਂ ਹੀ ਤਾਂ ਇਹ ਚੱਕਰਾਂ 'ਚ ਪੈਂਦਾ ਨਹੀਂ ਹੈਗਾ ਯਾਰ ਬਸ ਇਹੀ ਗੱਲ ਹੁੰਦੀ ਹੈ ਸਾਰੀ ਇਹ ਕੋਈ ਹੋਰ ਕਿਵੇਂ ਮਿੱਤਰੋ ਉਹ ਠੀਕ ਹੈ ਸੁੱਖੀ ਵਧੀਆ ਉਹ ਕਿਉਂ ਜੱਸੇ ਕਿਵੇਂ ਨਾਰਾਜ਼ ਜਿਹਾ ਹੋਇਆ ਬੈਠਾ ਵਾਲਾ ਕੀ ਗੱਲ ਹੋ ਗਈ ਨਾਰਾਜ਼ ਸੁੱਖੀ ਇਹਦੇ ਨਾਲ ਧੋਖਾ ਹੋ ਗਿਆ ਯਾਰ ਬਹੁਤ ਵੱਡਾ ਕੀ ਧੋਖਾ ਹੋ ਗਿਆ ਉਹ ਗੱਲ ਨਹੀਂ ਮੈਂ ਤੈਨੂੰ ਦੱਸੀ ਨਹੀਂ ਤੇ ਉਦੋਂ ਵੀਰੀ ਨਰਸ ਨਾਲ ਗੱਲਬਾਤ ਹੈ ਉਹਦਾ ਨਰਸ ਹੈ ਹੀ ਨਹੀਂ ਨਰਸ ਨਹੀਂ ਹੈਗੀ ਹੋਰ ਤੂੰ ਤਾਂ ਕਹਿੰਦਾ ਵਿਆਹੀ ਹੋਈ ਹੈ ਉਹ ਨਰਸਾਂ ਨਾਲ ਉਹ ਕਾਰੂ ਹੈ ਵਿਆਹੀ ਵਿਊਹੀ ਹੋਈ ਵਿਆਹੀ ਵੀ ਨਹੀਂ ਹੋਈ ਨਾ ਉਹ ਨਰਸ ਹੈ ਨਾ ਉਹ ਵਿਆਹੀ ਹੋਈ ਹੈ ਹਾਂ ਨਾ ਉਹ ਚੰਗੇ ਘਰ ਤੋਂ ਹੈ ਉਹ ਨਾ ਕੁੜੀ ਹੈ ਨਾ ਕੁੜੀ ਆ ਉਹ ਇਹਦਾ ਹੋਰ ਕੀ ਆ ਮੁੰਡਾ ਹੀ ਫੁੱਦੂ ਬਣਾਈ ਗਿਆ ਇਹਨੂੰ ਅੱਛਾ ਹੋਰ ਫੇਸਬੁੱਕ ਤੇ ਲਾਈ ਫਿਰਦਾ ਦੀ ਡੀਬੀ ਪਤੰਦਰ ਕੁੜੀਆਂ ਦੀ ਓਹੋ ਇਹਦਾ ਆ ਗਿਆ ਵੀ ਕਿਤੇ ਕੁੜੀ ਹੈ ਕੁੜੀ ਦੀ ਬਾਜ ਪਤੰਦਰ ਪਤਾ ਨਹੀਂ ਕਿਵੇਂ ਦਾ ਕੱਢਦਾ ਸੀ ਕਿਵੇਂ ਨਾ ਮੈਂ ਵੀ ਇੱਕ ਦੋ ਵਾਰੀ ਸੁਣੀ ਹੈ ਜਮੀ ਕੁੜੀ ਲੱਗਦੀ ਤੀ ਉਹ ਬਥੇਰੇ ਧੋਖੇ ਹੋਏ ਨੇ ਫੇਸਬੁੱਕ ਤੇ ਇੰਸਟਾਗ੍ਰਾਮ ਤੇ ਮੁੰਡਿਆਂ ਨੇ ਬਥੇਰੇ ਮੁੰਡਿਆਂ ਨੇ ਧੋਖੇ ਕੀਤੇ ਨੇ ਪੈਸੇ ਕੁਸੇ ਫੋਨ ਚ ਪਾਉਂਦੇ ਰਹੇ ਨੇ ਉਹੀ ਕਰਦਾ ਰਿਹਾ ਕਿਤੇ ਤਾਂ ਇਹਨੂੰ ਐਂ ਦੀ ਮੇਰੇ ਨਾਲ ਵਿਆਹ ਕਰਾਊਗੀ ਕਦੇ ਫੋਨ ਚ ਪੈਸੇ ਪਵਾਤੇ ਅੱਛਾ ਅੱਛਾ ਹੋਰ ਕਦੇ ਕਦੇ ਫਿਰ ਪਤਾ ਕਿਵੇਂ ਲੱਗਿਆ ਉਹਨੇ ਆਪੇ ਦੱਸਤਾ ਅੱਛਾ ਜਦੋਂ ਕਹਿੰਦਾ ਮੈਂ ਤੇਰੇ ਨਾਲ ਵਿਆਹ ਬੂ ਕਰਾਉਣਾ ਹਾਂ ਜਦੋਂ ਇਹਨੇ ਵਿਆਹ ਬੂ ਦੀ ਗੱਲ ਛੇੜੀ ਵੀ ਮੈਂ ਤੇਰੇ ਨਾਲ ਵਿਆਹ ਕਰਾਉਣਾ ਹੁੰਦਾ ਬਹੁਤ ਟਾਈਮ ਹੋ ਗਿਆ ਆਪਣੀ ਗੱਲ ਨੂੰ ਅੱਛਾ ਅੱਛਾ ਵੀ ਮੈਂ ਤੇਰੇ ਨਾਲ ਮਾਂ ਬਾਪਾਂ ਨੂੰ ਮਿਲਣਾ ਐ ਕਰਨਾ ਹੈ ਅੱਛਾ ਅੱਛਾ ਉਹਦਾ ਜਦੋਂ ਪਤਾ ਲੱਗਿਆ ਭਾਂਡਾ ਫੁੱਟਿਆ ਅੱਛਾ ਫਿਰ ਉਹਨੇ ਦੱਸਤਾ ਵੀ ਉਹਦਾ ਗੱਲ ਯਾਰ ਵਧੂਗੀ ਹੁਣ ਤਾਂ ਐਂ ਹੋ ਗਿਆ ਬੰਦੇ ਨੂੰ ਵੀ ਗਲਤ ਹੋਊਗਾ ਮਾਂ ਆਪੇ ਦੱਸਤਾ ਵੀ ਮੈਂ ਤਾਂ ਯਾਰ ਮੁੰਡਾ ਪੈਸੇ ਪੂਸੇ ਤਾਂ ਨਹੀਂ ਖਾ ਕੇ ਜਾਦੇ ਉਹ ਨਾ ਬਸ ਆਈ ਪੈਸੇ ਪੂਸੇ ਜੇ ਮਾੜਾ ਮੋਟਾ ਕਦੇ ਖਾਤੇ 'ਚ ਪਾਤੇ ਥੋੜ੍ਹੇ ਘਾਣੇ ਜਾਂ ਫੋਨ ਫਾਨ 'ਚ ਪਾਉਂਦਾ ਰਹਿੰਦਾ ਸੀ ਇਹਦਾ ਐਂ ਦੀ ਵੀ ਵਿਆਹ ਕਰਾਊਗੀ ਮੇਰੇ ਨਾਲ ਹੁਣ ਇਹਨੂੰ ਕੀ ਪਤਾ ਦੀ ਵੀ ਆਹ ਗੱਲਬਾਤ ਹੋਊਗੀ ਤਾਂ ਹੀ ਤਾਂ ਪਤੰਦਰ ਊਈ ਕਹੀ ਗਈ ਚੱਲ ਵਧੀਆ ਰਿਹਾ ਫਿਰ ਵੀ ਸਮੇਂ 'ਤੇ ਪਤਾ ਲੱਗ ਗਿਆ ਹੋਰ ਉਹਦਾ ਜਮੀ ਤਿਆਰ ਸੀ ਤਾਂ ਵਿਆਹ ਵੂ ਕਰਾਉਣ ਨੂੰ ਚੱਲ ਸੁੱਖੀ ਤੂੰ ਵੀ ਬਹੁਤ ਵੱਡੀ ਗਲਤੀ ਕਰ ਬੈਠਾ ਸੀ ਹੈ ਤੂੰ ਵੀ ਜਾ ਕਰੇ ਤੇ ਆਪਦੀ ਘਰ ਆਈ ਤੋਂ ਮਾਫ਼ੀ ਮੰਗ ਉਹ ਚੱਲ ਯਾਰ ਮੈਂ ਘਰੇ ਜਾ ਕਰਨਾ ਮੈਨੂੰ ਜ਼ਰੂਰੀ ਕੰਮ ਆ ਚੰਗਾ ਕੀ ਹੋ ਗਿਆ ਹੁਣ ਤੈਨੂੰ ਮਾੜਾ ਕੰਮ ਯਾਦ ਆ ਗਿਆ ਉਹ ਚੱਲ ਹੋਏ ਵੱਡੇ ਆਸ਼ਕਾਂ ਹੁਣ ਆਪਾਂ ਵੀ ਚੱਲੀਏ ਬੈਠੇ ਕਰਮਾਂ ਨੂੰ ਰੋਈ ਜਾਂਦਾ ਹੇ ਪਰਮਾਤਮਾ ਕੀ ਹੋ ਗਿਆ ਇਹਨਾਂ ਨੂੰ ਰੋਜ਼ ਕਲੇਸ਼ ਪਾ ਕੇ ਬਹਿ ਜਾਂਦੇ ਆ ਮਤ ਤੋਂ ਬਖਸ਼ੋ ਇਹਨਾਂ ਨੂੰ ਐਵੇਂ ਤਾਂ ਸਾਡਾ ਘਰ ਵੀ ਖਰਾਬ ਹੋ ਜਾਊਗਾ ਸੁੱਖ ਯਾਰ ਮੈਨੂੰ ਮਾਫ਼ ਕਰ ਦੇ ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਮੈਂ ਤੈਨੂੰ ਬਹੁਤ ਗਲਤ ਸਮਝਿਆ ਅਤੇ ਤੈਨੂੰ ਬਹੁਤ ਮੈਂ ਕੁੱਟਿਆ ਮਾਰਿਆ ਹੋਇਆ ਕਿ ਮੈਨੂੰ ਦੱਸੋਗੇ ਵੀ ਕੁਛ ਹੋਇਆ ਤਾਂ ਇਹੀ ਆ ਯਾਰ ਜਦੋਂ ਤੂੰ ਡਿਊਟੀ ਜਾਂਦੀ ਸੀ ਨਾ ਮੈਂ ਤੇਰੇ 'ਤੇ ਗਲਤ ਸ਼ੱਕ ਕਰ ਬੈਠਿਆ ਸੀ ਗੱਲ ਇਸ ਤਰ੍ਹਾਂ ਸੀ ਮੇਰਾ ਇੱਕ ਦੋਸਤ ਮੈਨੂੰ ਬਾਹਰ ਮਿਲਦਾ ਸੀ ਉਹਦੀ ਵੀ ਕਿਸੇ ਡਾਕਟਰੀ ਨਾਲ ਸੈਟਿੰਗ ਸੀ ਅਤੇ ਉਹ ਰੋਜ਼ ਗੱਲਬਾਤ ਕਰਦਾ ਸੀ ਅਤੇ ਜਦੋਂ ਮੈਂ ਜਾਂਦਾ ਸੀ ਬਾਹਰ ਉਹਦੀ ਉਹਦਾ ਕਿਤੇ ਫੋਨ ਆਉਂਦਾ ਸੀ ਅਤੇ ਮੈਂ ਤੇਰੇ 'ਤੇ ਉਸ ਤਰ੍ਹਾਂ ਸ਼ੱਕ ਕਰ ਬੈਠਾ ਇੱਕ ਤਾਂ ਉਸ ਦਿਨ ਜਿੱਦੇ ਉਹਦਾ ਫੋਨ ਆਇਆ ਸੀ ਮੈਂ ਉਹਦੀ ਘਰੇ ਆ ਕੇ ਦੇਖਿਆ ਤੂੰ ਆਪਦੀ ਮੰਮੀ ਨੂੰ ਫੋਨ ਲਾਇਆ ਸੀ ਤਾਂ ਕਰਕੇ ਮੈਨੂੰ ਸ਼ੱਕ ਹੋ ਗਿਆ ਇੱਕ ਦਿਨ ਤੂੰ ਉਹਦੇ ਕੋਲ ਬਾਹਰ ਖੜੀ ਗੱਲਾਂ ਨਹੀਂ ਸੀ ਕਰਦੀ ਗੇਟ 'ਚ ਉਹਦੇ ਕੀ ਕਹਿੰਦਾ ਸੀ ਤੈਨੂੰ ਉਹ ਤਾਂ ਮੈਨੂੰ ਵਧਾਈ ਦੇ ਰਿਹਾ ਸੀ ਕਿ ਭਾਬੀ ਤੁਸੀਂ ਵੀ ਤਾਂ ਡਿਊਟੀ ਜੁਆਇਨ ਕਰ ਲਈ ਹੈ ਕਹਿੰਦਾ ਮੈਨੂੰ ਵੀਰੇ ਨੇ ਦੱਸਿਆ ਹੈਗਾ ਉਹ ਗੱਲ ਕਰ ਰਿਹਾ ਸੀ ਮੈਨੂੰ ਪੁੱਛ ਰਿਹਾ ਸੀ ਕਹਿੰਦਾ ਡਿਊਟੀ ਕਿੱਥੇ ਆ ਉਹੀ ਬਸ ਦੱਸ ਰਹੀ ਸਤਿ ਸ਼੍ਰੀ ਅਕਾਲ ਪ੍ਰਜਾਈ ਸਤਿ ਸ਼੍ਰੀ ਅਕਾਲ ਹੋਰ ਕਿਵੇਂ ਆ ਵਧੀਆ ਪ੍ਰਜਾਈ ਤੁਸੀਂ ਦੱਸੋ ਹਾਂ ਠੀਕ ਆ ਮੈਂ ਤੁਹਾਨੂੰ ਨੌਕਰੀ ਮਿਲ ਗਈ ਤੁਹਾਨੂੰ ਹਾਂ ਮਿਲ ਗਈ ਜੁਆਇਨਿੰਗ ਹੋ ਗਈ ਮੇਰੀ ਹਾਂ ਦੱਸਿਆ ਸੀਗਾ ਸੁੱਖੀ ਬਾਈ ਨੇ ਹਾਂ ਵੀ ਹਾਂ ਡਾਕਟਰੀ ਨੌਕਰੀ ਮਿਲ ਗਈ ਹਾਂ ਨਾਲੇ ਇਹ ਵੀ ਹੈ ਕਿ ਨੇੜੇ ਮਿਲ ਗਈ ਮੈਨੂੰ ਹਰਿਆਓ ਹਸਪੀਟਲ ਹੀ ਇੱਥੇ ਨੇੜੇ ਚੱਲ ਫਿਰ ਤਾਂ ਲੱਗ ਗਈ ਆ ਹੋਰ ਕੀ ਹੁਣ ਕਈ ਵਾਰੀ ਜਦੋਂ ਤੇਰੇ ਮੇਰੇ ਕੋਲ ਟਾਈਮ ਨਹੀਂ ਹੁੰਦਾ ਫਿਰ ਮੈਂ ਇਕੱਲੀ ਆ ਜਾਂਦੀ ਚਲੇ ਜਾਂਦੀ ਹਾਂ ਅੱਛਾ ਅਤੇ ਜੇ ਟਾਈਮ ਹੁੰਦਾ ਵਾ ਤਾਂ ਫਿਰ ਛੱਡ ਆਉਂਦੇ ਮੈਨੂੰ ਚੱਲ ਵਧੀਆ ਹੈਗਾ ਬੰਦਾ ਕੰਮ ਧੰਦੇ ਲੱਗਿਆ ਰਹਿੰਦਾ ਹਾਂ ਸਹੀ ਗੱਲ ਹੈ ਵੈਸੇ ਤਾਂ ਲਵੇ ਹੀ ਹੈ ਮੈਂ ਕਈ ਵਾਰੀ ਪੈਦਲ ਵੀ ਤੁਰ ਕੇ ਆ ਜਾਂਦੀ ਜੇ ਟਾਈਮ ਹੁੰਦਾ ਮੈਂ ਫੋਨ ਕਰ ਦਿੰਦੀ ਲੈ ਜਾਂਦੇ ਆ ਕੇ ਚੱਲ ਐਂ ਵੀ ਠੀਕ ਆ
ਹਾਂ ਆ ਜਾ ਚਾਹ ਪੀ ਕੇ ਚਲ ਜੀ ਨਾ ਨਾ ਬਸ ਪਰ ਜੀ ਮੈਂ ਤਾਂ ਇਧਰ ਨੂੰ ਜਾਂਦਾ ਸੀਗਾ ਖੇਤ ਕਨੀ ਨੂੰ ਅੱਛਾ ਅੱਛਾ ਠੀਕ ਹਾਂ ਚਲ ਠੀਕ ਹੈ ਪਰ ਜੀ ਠੀਕ ਦੱਸ ਰਹੀ ਸੀ ਉਹਨੂੰ ਮੈਂ बस उन्होंने भी मैं गलत समझ बैठा क्योंकि मेरे दिल च शक सी ना तां करके मैं वह चीज़ में बहुत ज्यादा गलत समझ रहा मैनू नहीं पता सी कि तेरे नाल की गल कर रहा मैं तो ये चीज़ में भी गलत समझी गया पर सारे एको जिहे नहीं होंगे वो तो मैं तेरी गल समझदा मैनू तो बाद च पता लग्या ना कि जो कुड़ी उहदे नाल गल्लां कर रही सी ना जस्से ना वो कोई कुड़ी नहीं सी बल्कि मुंडा सी उहनू भी किसी ने धोखा देता सी अच्छा हाँ वो मैनू हुणे ही पता लग्या तां करके मैनू आपदी गलती का एहसास होया कि मैं तैनू बहुत गलत समझिया सी पर हुण मैनू आपदी गलती का एहसास हो गया हुण मैं तुहानू माफी चाहुंदा जे मैनू माफ कर दे तुहानू पता भी है ना आपणा घर खराब हो सकदा सी इस गल नाल हो सकदा पर मैं हुण तेरे नाल वादा करदा अगे तो कदे भी अजिही गलती नहीं हुंदी मेरे तो ठीक है मेरे माँ प्यो ने इन्ना मैनू यकीन करके मैनू पढ़ाया लिखाया इत्थों तक पहुँचाया उन्हां दी इज्जत दा दाग नहीं लाया तो फिर मैं तो इस घर की इज्जत तुहाडी इज्जत फिर मैं तुहानू किदां इदां कुछ कर सकदी आ बस जदों बंदे ते कोई शक हो जाए ना मन च वो सब कुछ ही भुल जाता गा मैनू कोई भुलेखा लग गया बहुत ज्यादा मेरा दिमाग ही घूम गया ना मैं तेन कि चल तुम एहसास तो है ना हाँ मैं अपनी गलती का एहसास हो गया बस दोबारा इदा मेरे तक कभी शक ना करे ते तेरे ते मेरा भरोसा होर भी बढ़ गया हूँ कोई गल नहीं तू ड्यूटी रोज जाया कर ते मैं तेन हाँ मैं तेन आपे छड के आया करूंगा ठीक है ठीक है तू आपकी ऐश करके मैं मर जी तू आपके शौक पूरे कर ठीक है ठीक है खुश हाँ तो बहुत खुश हाँ मैं तो यही कि मेरा करियर ही खराब हो गया भी इन्ना मैं सुपने सीगे मेरे मैं यही सब मिट्टी हो गए चल मैं तेरा हूँ कला कला शौक पूरा करूँगा ठीक है तेन किसी प्रकार की घाट नहीं आने दिता ठीक है ये शक कई बार जिंदगी हो जाते हैं है ना शक घर खराब करके रख देंगे ने बस कई बार बंदे पता नहीं लगता जे जो शक कर दंगा भी ये सही है या गलत है ना चल कोई नहीं माड़ा टाइम से निकल गया ये माड़े चंगे टाइम आउंदे ही रहने हैं अपना भरोसा एक दूजे दे इस तरह बनाया फिर ही जिंदगी चलती है जिंदगी च उतरा चढ़ा आउंदे ही रहने हैं ना चल कोई गल नहीं तुहानू एहसास चल आ जा हुण तू मेरे वास्ते वधिया ही चाह बना हुण हुण अपना कि एक दूजे ने कोई गुस्सा किल्ला नहीं है ना ठीक है चल आ जा दोस्तों पत्ता रिश्ता एक दूजे दे विश्वास ते टिकिया हुंदा है अते जिंदगी दे लंमे पेंडे विच इस विश्वास नूं तोड़न लई कई गलत शक पैदा हुंदे रहिंदे हन जेकर इन्हां शकां ते भुलेखियां नूं समें सिर दूर ना कीता जावे तां इह साडी व्यवहार जिंदगी खराब कर दिंदे हन इस करके आपसी समझदारी ते सूझबूझ नाल अजिहियां गलत फहमियां नूं दूर करके व्यवहार जिंदगी दा आनंद खुशी खुशी मानना चाहीदा है जिवें कि इस कहानी विच तुसीं देखिया हाँ जी दोस्तों सत श्रीकाल जी सारे दोस्तों हुण वारी उन्हां वीरां ते भैणां नाम बोलन दी जिन्हां ने अपने पिछले वीडियो ते कमेंट कीते सी ते अपना नाम ते एड्रैस लिखा सी सब तो पहला अपने कोई कमेंट आया सीगा लाडी सिंह जी कलवंत मान जी वी के शर्मा जी अंबाला तो करमजीत हरिऊ तहसील लहरा गागा जिला संगरूर शिवदीप कार्तिक पिंड बुरजमान छाए जिला बठिंडा कौर जस जी फाल खैरा तहसील पट्टी जिला तरन तारण पिंड है चूसलेवल हरिंदर बैनीपाल जी पिंड गोविंदपुरा तहसील पायल जिला लुधियाना हरजिंदर औलख जी पिंड गूढ़ी संगर जिला श्री मुक्तसर साहब अमृत भंगू जी फूड सप्लाई डिपार्टमेंट चो पिंड भाई के पिछौर तहसील लहरा गागा जिला संगरूर भुपिंदर सिंह जी कतर तो संदीप औला पिंड जलूर जिला संगरूर विशाल सिंह जी सनाम तो अरसपाल सिंह हांस ते मनजीत कौर हां जी पिंड फरीदपुर खुरद जिला मलेरकोटला मानसी अजय कुमार जी मॉडल टाउन बठिंडा तो असरफ अली जी चीचा पत्नी पाकिस्तान तो अवतार सिद्धू जी कनेडा तो बलबीर सिंह जी जर्मनी तो चरणजीत सैनी जी सरबन सिंह जी हरदीप गिल जी ब्रैम्पटन कनेडा तो भोला सिंह भोला सिद्धू जी नंगल कला मानसा तो मनप्रीत कौर जी जसपाल रंधावा जी हरिंदर सिंह जी यूएसए तो रेशम सिंह जी संदीप कौर जी अश्विनी कुमार जी रिंकू राणा जी डॉक्टर दलजेंद्र डवाल पिंड उमरवाल बिला जिला जलंधर मनदीप गर्चा पिंड कुहाड़ा जिला लुधियाना किरणजीत सिंह सूफिया जी बलकरण ढिलों बठिंडे वाला म्यान मजीत जैन जी हरियाणा शहर जिला टोबा टेक सिंह वाला पंजाब पाकिस्तान तो प्रियंका तनेजा जी हरजीत सिंह जी कमल कमल बैनीपाल पिंड हरिऊ तहसील लहरा गागा जिला संगरूर सो दोस्तों ये वीर भैनों के कमेंट हूँ तक अपने को आ गए अज है गा 30 नवंबर 2022 ते दोपहर के 1:40 हो चुके ये टाइम तक जिहड़े वीर भैणों ने अपने पिछले वीडियो से कमेंट करते से उन्हां आपां सब दी नाम बोलते
दोस्तों अज्ज दे वीडियो विच इन्ना ही, मिलांगे अगली वीडियो। सारे दोस्तों प्यार भरी सत श्री अकाल जी।